ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਅੱਧੀ ਰਾਤ ਨੂੰ ਰੇਤ ਮਾਫੀਆ ਖਿਲਾਫ ਛਾਪੇਮਾਰੀ ਕੀਤੀ ਗਈ। ਇਸ ਮੌਕੇ ਰੇਤ ਕੱਢ ਰਹੇ ਕੁਝ ਵਿਅਕਤੀਆਂ ਨੂੰ ਰੇਤ ਨਾਲ ਭਰੇ ਟਰੈਕਟਰ ਟਰਾਲੀ ਦੇ ਨਾਲ ਗ੍ਰਿਫਤਾਰ ਵੀ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਪਿੰਡ ਹੋਸਗੰਦੜ ਅਤੇ ਪਿੰਡ ਚਾਂਦਮਾਰੀ ਇਲਾਕੇ ਦੇ ਵਿੱਚ ਸੇਮਨਾਲੇ ਵਿੱਚੋਂ ਰੇਤ ਦੀ ਮਾਈਨਿੰਗ ਲਗਾਤਾਰ ਜਾਰੀ ਹੈ, ਜਿਸ ਨੂੰ ਲੈ ਕੇ ਇਹ ਛਾਪੇਮਾਰੀ ਕੀਤੀ ਗਈ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਉੱਥੇ ਵਿਧਾਇਕ ਦਾ ਇਹ ਵੀ ਕਹਿਣਾ ਹੈ ਕਿ ਛਾਪੇਮਾਰੀਆਂ ਲਗਾਤਾਰ ਜਾਰੀ ਨੇ, ਮਾਈਨਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅਜੀਤ ਪੰਜਾਬੀ ਦੀ ਔਥੈਂਟਿਕ ਖ਼ਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖ਼ਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। 1 ਵੱਜ ਚੁੱਕਿਆ ਹੈ ਔਰ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਹੌਜਗੰਦੜ ਔਰ ਚਾਂਦਮਾਰੀ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ, DSP ਸਾਹਿਬ, SHO ਸਦਰ ਫਾਜ਼ਿਲਕਾ ਔਰ ਅਸੀਂ ਸਾਰੇ ਰਲ ਮਿਲ ਕੇ ਉੱਥੇ ਪਹੁੰਚੇ। ਜਦੋਂ ਚੈੱਕ ਕੀਤਾ ਤਾਂ ਵਾਕਿਆ ਹੀ ਨਜਾਇਜ਼ ਮਾਈਨਿੰਗ ਹੋ ਰਹੀ ਸੀ ਔਰ ਉਹਨਾਂ ਨੂੰ ਪਕੜ ਕੇ ਪੁਲਿਸ ਨੇ ਆਪਦੇ ਕਬਜ਼ੇ ਵਿੱਚ ਲੈ ਲਿਆ। ਟਰੈਕਟਰ ਟਰਾਲੀ, 2 ਟਰੈਕਟਰ ਟਰਾਲੀ ਨੇ ਔਰ 1 ਟਰੈਕਟਰ ਹੈ ਜਿਨ੍ਹਾਂ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ। ਔਰ ਮੈਂ ਸਖ਼ਤ ਚੇਤਾਵਨੀ ਦਿੰਦਾ, ਜਿਹੜੇ ਵੀ ਗਲਤ ਅਨਸਰ ਇਹੋ ਜਿਹੇ ਨਜਾਇਜ਼ ਕੰਮ ਕਰ ਰਹੇ ਨੇ ਉਹ ਬਾਜ ਆ ਜਾਣ। ਇਹ ਜੋ ਸਰਕਾਰ ਹੈ, ਆਮ ਲੋਕਾਂ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਖ਼ਤ ਆਦੇਸ਼ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਨਜਾਇਜ਼ ਕੰਮ ਨਹੀਂ ਹੋਣ ਦੇਣਾ। ਉਹਨਾਂ ਦੇ ਜਿਹੜੇ ਆਦੇਸ਼ ਨੇ ਉਹਨਾਂ 'ਤੇ ਪਹਿਰੇ ਦਿੰਦੇ ਹੋਏ ਅਸੀਂ ਸਾਰੇ MLA ਜਿੰਨੇ ਵੀ ਹਾਂ ਗਰਾਊਂਡ 'ਤੇ ਜਾ ਕੇ ਕੋਈ ਵੀ ਨਜਾਇਜ਼ ਕੰਮ ਹੁੰਦਾ ਤਾਂ ਉਹ ਬੰਦ ਕਰਵਾਉਂਦੇ ਹਾਂ ਔਰ ਜਿਹੜਾ ਨਜਾਇਜ਼ ਕੰਮ ਕਰਦਾ ਉਹਦੇ ਖਿਲਾਫ਼ ਕਾਰਵਾਈ ਕਰਾਉਂਦੇ ਹਾਂ। ਉਸੇ ਤਹਿਤ ਅੱਜ ਰਾਤ 1 ਵਜੇ ਅਸੀਂ ਪਹੁੰਚੇ ਔਰ ਜਿੱਥੇ ਨਜਾਇਜ਼ ਮਾਈਨਿੰਗ ਜਿਹੜੇ ਗਲਤ ਅਨਸਰ ਕਰ ਰਹੇ ਸੀ, ਸਰਕਾਰ ਦੇ ਖਜ਼ਾਨੇ ਨੂੰ ਢਾਹ ਲਾ ਰਹੇ ਸੀ, ਉਹਨਾਂ ਨੂੰ ਅਸੀਂ ਸਾਡੇ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਫੜ ਕੇ ਆਪਦੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਇਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਸਾਨੂੰ ਅਤੇ ਮਾਨਯੋਗ MLA ਸਾਹਿਬ ਨੇ, ਅਸੀਂ ਕਿਸੇ ਮੀਟਿੰਗ ਦੇ ਸੰਬੰਧ ਵਿੱਚ ਇਕੱਠੇ ਸੀ ਅਤੇ ਉੱਥੇ ਸਾਡੇ ਕੋਲ ਕੋਈ ਗੁਪਤ ਤਲਾਹ ਸੀ, ਕੋਈ ਰਾਤ ਨੂੰ ਕੋਈ ਹਨੇਰੇ ਦਾ ਫਾਇਦਾ ਉਠਾ ਕੇ ਕੁਝ ਬੰਦੇ ਨਜਾਇਜ਼ ਮਾਈਨਿੰਗ ਕਰਦੇ। ਉਹ ਅਸੀਂ MLA ਸਾਹਿਬ ਦੇ ਨਾਲ, SHO ਸਾਹਿਬ ਦੇ ਨਾਲ ਇਕੱਠਿਆਂ ਜੁਆਇੰਟ ਅਸੀਂ ਮੌਕੇ 'ਤੇ ਰੇਡ ਕੀਤਾ ਹੌਜਗੰਦ ਚਾਂਦਮਾਰੀ। ਦੋਨਾਂ 'ਤੇ ਜਗ੍ਹਾ 'ਤੇ ਅਸੀਂ ਜੋ ਵਿਅਕਤੀ ਰੇਤੇ ਦੇ ਨਜਾਇਜ਼ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਪਕੜਿਆ। ਸਾਡੇ ਵੱਲੋਂ ਦੋਨੇ ਜਗ੍ਹਾ 'ਤੇ ਟਰੈਕਟਰ ਕਬਜ਼ੇ 'ਚ ਲੈ ਗਏ ਆ। ਸਾਡੇ ਵੱਲੋਂ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ।